ਇਹ ਜੀ ਕੱਲ੍ਹ ਇੱਥੇ ਰਵਿਦਾਸਪੁਰਾ ਮੁਹੱਲਾ ਹੈਗਾ ਜੀ ਨੂਰ ਮਹਿਲ ਦੇ ਵਿੱਚ, ਉੱਥੇ ਇੱਕ ਸ਼ੱਕੀ ਹਾਲਤਾਂ ਦੇ ਵਿੱਚ ਇੱਕ ਲੇਡੀ ਵਿਦਿਆ ਦੇਵੀ ਪਤਨੀ ਲੇਟ ਹਰਮੇਸ਼ ਲਾਲ ਉਹਨਾਂ ਦੀ ਘਰ ਦੇ ਵਿੱਚ ਹੀ ਉਹਨਾਂ ਦੀ ਮਤਲਬ ਵੀ ਸ਼ੱਕੀ ਹਾਲਤਾਂ ਦੇ ਵਿੱਚ ਤਾਂ ਮੌਤ ਹੋਈ ਸੀ। ਡੈੱਡ ਬੋਡੀ ਜਦੋਂ ਅਸੀਂ ਮੌਕੇ 'ਤੇ ਜਾ ਕੇ ਦੇਖਿਆ ਅਤੇ ਜਿਹੜੇ ਹਾਲਾਤ ਆ ਉਹ ਸ਼ੱਕੀ ਸੀਗੇ ਵੀ ਜਿੱਦਾਂ ਲੱਗਦਾ ਸੀ ਵੀ ਕੋਈ ਲੁੱਟ ਖੋਹ ਹੋਈ ਆ ਜਾਂ ਕੋਈ ਸ਼ਾਇਦ ਆ ਕੇ ਮਾਰ ਕੇ ਗਿਆ, ਸੱਟਾਂ ਸੀ ਚਿਹਰੇ ਦੇ ਉੱਤੇ ਕਾਫੀ। ਉਹ ਫਿਰ ਅਸੀਂ ਡੂੰਘਾਈ ਨਾਲ ਜਦੋਂ ਉਹਦੀ ਜਿਹੜੀ ਜਾਂਚ ਕੀਤੀ ਹੈ ਉਹ ਅਸੀਂ ਉੱਥੇ ਜੋ ਵੀ ਸਾਨੂੰ ਐਵੀਡੈਂਸ ਉੱਥੇ ਜਿਹੜੀਆਂ ਟੈਕਨੀਕਲ ਚੀਜ਼ਾਂ ਅਸੀਂ ਦੇਖ ਕੇ ਫਿਰ ਇਹਨਾਂ ਦੇ ਅਸੀਂ ਮਤਲਬ ਕਰਕੇ ਸਾਰਾ ਆਸੇ ਪਾਸਿਓਂ ਵੀ ਪੁੱਛ ਗਿੱਛ ਅਤੇ ਸਾਡਾ ਸ਼ੱਕ ਜਿਹੜਾ ਸੀ ਉਹ ਇਹਨਾਂ ਦਾ ਬੇਟਾ ਅਤੇ ਇਹਨਾਂ ਦੀ ਨੂੰਹ 'ਤੇ ਜਿਹੜਾ ਮਤਲਬ ਉਹ ਜਾ ਰਿਹਾ ਸੀਗਾ ਅਤੇ ਉਹ ਅਸੀਂ ਪਰਚਾ ਜਿਹੜਾ ਆ ਉਹ ਨਰਿੰਦਰ ਭੰਡਾਲ ਮਦਈ ਹੈਗੇ ਨੇ ਜੀ, ਜਿਹੜੇ ਮਰਨ ਵਾਲੀ ਦੀ ਬੇਟੀ ਦਾ ਜੇਠ ਹੈਗਾ ਜੀ, ਉਹਦੇ ਬਿਆਨਾਂ 'ਤੇ ਅਸੀਂ ਪਰਚਾ ਦਰਜ ਕਰ ਲਿਆ ਸੀ ਅਤੇ ਹੁਣ ਅਸੀਂ ਉਹਨਾਂ ਨੂੰ ਰਾਊਂਡ ਅਪ ਕਰਕੇ ਅਤੇ ਪੁੱਛਗਿੱਛ ਜਿਹੜੀ ਕਰ ਰਹੇ ਹਾਂ ਅਤੇ ਪਲੱਸ ਉਹਨਾਂ ਦਾ ਰਿਮਾਂਡ 5 ਦਿਨ ਦਾ ਅਸੀਂ ਮੰਗਿਆ ਕੋਰਟ ਤੋਂ ਅਤੇ ਬਾਕੀ ਕਿਉਂਕਿ ਉਹਨਾਂ ਦੀ ਮੌਤ ਕਿੱਦਾਂ ਹੋਈ ਕਿੱਦਾਂ ਇਹਨਾਂ ਮਾਰਿਆ ਮਤਲਬ ਇਹ ਤਾਂ ਗੱਲ ਕਲੀਅਰ ਹੋ ਗਈ ਵੀ ਮਾਰਿਆ ਤਾਂ ਇਹਨਾਂ ਨੇ ਹੀ ਆ ਜੀ, ਬਾਕੀ ਦੇ ਜਿਹੜੀਆਂ ਹੋਰ ਜਿਹੜੀਆਂ ਨਾਲ ਹੈਗੀਆਂ ਵੀ ਇਹਨਾਂ ਦੇ ਨਾਲ ਕੋਈ ਹੋਰ ਵੀ ਸੀ ਜਾਂ ਇਹ ਇਕੱਲੇ ਸੀਗੇ ਕਿਸ ਤਰ੍ਹਾਂ ਮੌਤ ਹੋਈ ਆ ਉਹ ਅਜੇ ਅਸੀਂ ਇਨਵੈਸਟੀਗੇਸ਼ਨ ਜਾਰੀ ਆ ਜੀ। ਹਾਂਜੀ ਇਹਨਾਂ ਨੇ ਕਨਫੈਸ ਕਰ ਲਿਆ ਜੀ ਇਹਨਾਂ ਨੇ ਬਿਲਕੁਲ ਵੀ ਅਸੀਂ ਵੀ ਉਹਨੂੰ ਮਾਰਿਆ ਹੈਗਾ, ਕਾਫੀ ਮਿਹਨਤ ਦੇ ਬਾਅਦ ਇਹ ਚੀਜ਼ ਜਿਹੜੀ ਹੈ ਮਤਲਬ ਉਜਾਗਰ ਕੀਤੀ ਇਹਨਾਂ ਸਾਡੇ ਕੋਲ ਅਤੇ ਕਾਰਨ ਇਹ ਜੀ ਇਹਦੇ ਜਿਹੜਾ ਵਿਦਿਆ ਦੇਵੀ ਦੇ ਬੇਟਾ ਜਿਹੜਾ ਗਗਨਦੀਪ ਗੱਗੀ ਆ ਉਹਨੂੰ ਸ਼ੱਕ ਸੀ ਵੀ ਮੇਰੀ ਮਾਂ ਦੇ ਸ਼ਾਇਦ ਕਿਤੇ ਨਜਾਇਜ਼ ਸੰਬੰਧ ਹੈਗੇ ਨੇ, ਇਸ ਕਰਕੇ ਉਹਨੇ ਮਤਲਬ ਇਹਨੂੰ ਇਹ ਅੰਜਾਮ ਦਿੱਤਾ ਜੀ। ਇਹ ਫਰਦਰ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ, ਬਿਲਕੁਲ ਅਸੀਂ ਬਿਲਕੁਲ ਸਾਰਾ ਹੀ ਕਰਾਂਗੇ ਜੀ ਕਿ ਪਿੱਛੇ ਰੀਜ਼ਨ ਜੋ ਵੀ ਹੋਏ ਨੇ ਪੂਰੀ ਡੂੰਘਾਈ ਤੱਕ ਜਿਹੜੀ ਹੈ ਛਾਣਬੀਣ ਕੀਤੀ ਜਾ ਰਹੀ ਹੈ ਜੀ। ਹਾਂ ਬਿਲਕੁਲ ਜੀ ਬਿਲਕੁਲ ਉਹਦੀ ਪੁੱਛਗਿੱਛ ਦੇ ਵਿੱਚ ਇਹ ਚੀਜ਼ ਸਾਹਮਣੇ ਆ ਗਈ ਹੈ ਜੀ ਅਤੇ ਜਿਹੜਾ ਕਤਲ ਆ ਵੀ ਉਹ ਗਗਨਦੀਪ ਗੱਗੀ ਅਤੇ ਨਾਲ ਉਹਦੀ ਜਿਹੜੀ ਵਾਈਫ ਗੁਰਪ੍ਰੀਤ ਕੌਰ ਆ ਇਹਨਾਂ ਦੋਨਾਂ ਨੇ ਕੀਤਾ ਜੀ। ਹਾਂ ਬਿਲਕੁਲ ਜੀ ਇਨਵੋਲਵਮੈਂਟ ਹੈਗੀ ਆ ਪੂਰੀ ਜੀ, ਇਸ ਕਰਕੇ ਸਾਰਾ ਇਹਨੂੰ ਚੀਜ਼ ਨੂੰ ਬਾਕੀ ਅਸੀਂ ਹੋਰ ਡੂੰਘਾਈ ਨਾਲ ਜਾਂਚ ਕਰ ਰਹੇ ਹਾਂ ਪਰ ਜੋ ਪਹਿਲਾਂ ਜਿਹੜੀ ਜੋ ਵੀ ਹੁਣ ਸਾਹਮਣੇ ਆਏ ਤੱਥ ਉਹਦੇ ਹਿਸਾਬ ਨਾਲ ਇਹਨਾਂ ਦੋਨਾਂ ਨੇ ਉਹਦਾ ਕਤਲ ਕੀਤਾ ਜੀ। ਹਾਂਜੀ ਉਹਦੇ ਕਹਿਣ ਮੁਤਾਬਕ ਜੀ ਉਹਨੇ ਜਿੱਦਾਂ ਉਹਦੀ ਮਦਰ ਜਿਹੜੀ ਰਾਤ ਸੁੱਤੀ ਸੀ ਬੇਹੋਸ਼ੀ ਦੀ ਹਾਲਤ ਵਿੱਚ ਪਹਿਲਾਂ ਉਹਨੇ ਸਿਰਹਾਣਾ ਜਿਹੜਾ ਉਹਦੇ ਮੂੰਹ 'ਤੇ ਰੱਖ ਕੇ ਉਹਦਾ ਸਾਹ ਘੁੱਟਿਆ ਪਲੱਸ ਉਹਦੀ